ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਐਮ ਐਸ ਡਬਲਯੂ ਸਟੱਡੀ ਫੋਰ ਜੋਬ। ਸਟੇਟ ਬੈਂਕ ਆਫ ਇੰਡੀਆ ਦੀ ਜਿਹੜੀ ਵੈਕੈਂਸੀ ਆ ਚੁੱਕੀ ਹੈ, ਬਹੁਤ ਹੀ ਵੱਡੀ ਗੁੱਡ ਨਿਊਜ਼ ਹੈ। ਤੁਸੀਂ ਦੇਖਦੇ ਹੋ ਪ੍ਰੋਫੈਸ਼ਨਰੀ ਆਫੀਸਰ ਦੀ ਜਿਹੜੀ ਵੈਕੈਂਸੀ ਹੈ, PO ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਬੈਂਕ ਦੇ ਵਿੱਚ ਜੋ ਬੈਂਕ ਦੇ ਵਿੱਚ ਮੈਨੇਜਰ ਦੀ ਪੋਸਟ ਹੁੰਦੀ ਹੈ, ਤਾਂ ਉਸ ਲਈ ਜਿਹੜੀ ਵੈਕੈਂਸੀ ਨਿਕਲ ਚੁੱਕੀ ਹੈ। ਕਿੰਨੀ ਪੋਸਟ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਲਾਸਟ ਡੇਟ ਕੀ ਹੈ, ਆਨਲਾਈਨ ਅਪਲਾਈ ਹੋਏਗੀ ਜਾਂ ਆਫਲਾਈਨ, ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਜ਼ਰੂਰ ਮਿਲ ਜਾਏਗੀ। ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲੇ। ਬਹੁਤ ਹੀ ਗੁੱਡ ਜੋਬ ਹੈਗੀ ਹੈ, ਬੈਂਕ ਦੀ ਜੋਬ ਹੈਗੀ ਹੈ। ਜੇਕਰ ਤੁਸੀਂ ਇਸ ਜੋਬ ਨੂੰ ਕੁਆਲੀਫਾਈ ਕਰਦੇ ਹੋ ਤਾਂ ਤੁਹਾਡੀ ਲਾਈਫ ਕੈਰੀਅਰ ਬਹੁਤ ਹੀ ਵਧੀਆ ਲੰਘ ਜਾਏਗਾ। ਦੇਖਦੇ ਹਾਂ ਇਸ ਦੇ ਵਿੱਚ ਕੀ ਹੈ। ਫਸਟ ਡੇਟ ਦੀ ਗੱਲ ਕਰ ਲਈਏ ਜੇਕਰ, ਤਾਂ ਇਸ ਦੇ ਵਿੱਚ ਕਦ ਤੋਂ ਇਹ ਅਪਲਾਈ ਹੋ ਰਿਹਾ, ਤਾਂ ਇਸ ਦੇ ਵਿੱਚ ਦੱਸਿਆ ਗਿਆ ਜਿਹੜੀ ਡੇਟ ਹੈਗੀ ਹੈ ਆਨਲਾਈਨ ਰਜਿਸਟ੍ਰੇਸ਼ਨ ਦੀ, 2-4 ਜਿਹੜੀ 2 ਅਪ੍ਰੈਲ ਤੋਂ ਸਟਾਰਟ ਹੋ ਚੁੱਕੀ ਹੈ, 22 ਅਪ੍ਰੈਲ ਤੱਕ ਰਹੇਗੀ, ਠੀਕ ਹੈ, ਲਾਸਟ ਡੇਟ। ਤੁਸੀਂ ਇਹਦੇ ਵਿੱਚ ਫੀਸ ਜਿਹੜੀ ਆਪਣੀ ਐਪਲੀਕੇਸ਼ਨ ਫੀਸ ਜਮ੍ਹਾਂ ਕਰਵਾਉਣੀ ਹੈ, ਉਹ ਵੀ 22 ਤੱਕ ਹੀ ਜਿਹੜੀ ਜਮ੍ਹਾਂ ਹੋਵੇਗੀ। ਉਸ ਤੋਂ ਇਹਦੇ ਵਿੱਚ ਜਿਹੜੇ ਤੁਹਾਡੇ 2 ਐਗਜ਼ਾਮ ਹੋਣੇ ਨੇ, ਜਿਹੜਾ ਫਸਟ ਐਗਜ਼ਾਮ ਹੋਏਗਾ ਉਹ 3rd week of May ਦੇ ਵਿੱਚ ਹੋ ਜਾਏਗਾ, ਠੀਕ ਹੈ। ਟੈਂਟੀਟੇਟਿਵ ਜਿਹੜੀ ਡੇਟਸ ਹੈਗੀਆਂ ਨੇ ਕਲੀਅਰ ਨਹੀਂ ਹੈਗਾ ਹਾਲੇ, ਪਰ ਪੋਸਟ ਆ ਚੁੱਕੀ ਹੈ, 2000 ਦੇ ਪਲੱਸ ਜਿਹੜੀ ਵੈਕੈਂਸੀ ਹੈ, ਬਹੁਤ ਹੀ ਵੱਡੀ, ਠੀਕ ਹੈ ਜੀ। ਅੱਗੇ ਨੈਕਸਟ ਗੱਲ ਕਰੀਏ, ਤੁਸੀਂ ਦੇਖ ਸਕਦੇ ਹੋ ਕੈਟਾਗਰੀ ਵਾਈਜ਼ ਜਿਹੜੀ ਵੈਕੈਂਸੀ ਦੀ ਗੱਲ ਕੀਤੀ ਗਈ ਹੈ। ਇਸ ਦੇ ਵਿੱਚ ਦੱਸਿਆ ਗਿਆ ਜੇ SC ਕੈਟਾਗਰੀ ਲਈ 300 ਵੈਕੈਂਸੀ, ST ਲਈ 150 ਹੋਏਗੀ ਹੈ, OBC ਲਈ 540 ਵੈਕੈਂਸੀ, EWS ਜਿਹੜੀ ਕੈਟਾਗਰੀ ਲਈ 200 ਵੈਕੈਂਸੀ, ਜਨਰਲ ਲਈ 810 ਵੈਕੈਂਸੀ ਹੈ। ਟੋਟਲ ਜਿਹੜੀ ਵੈਕੈਂਸੀ ਦੀ ਗਿਣਤੀ ਹੈ, 2000 ਜਿਹੜੀ ਵੈਕੈਂਸੀ ਤੁਹਾਡੇ ਲਈ ਨਿਕਲ ਚੁੱਕੀ ਹੈ। SBI PO ਦੀ ਵੈਕੈਂਸੀ ਹੈ ਜੀ ਇਸ ਦੇ ਵਿੱਚ। ਨੈਕਸਟ ਤੁਸੀਂ ਦੇਖ ਸਕਦੇ ਹੋ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਰਹੇਗਾ। ਸਿਰਫ ਤੁਹਾਡੀ ਜੇਕਰ BA ਕੀਤੀ ਹੋਈ ਹੈ, ਤੁਸੀਂ ਗ੍ਰੈਜੂਏਟ ਹੋ, ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ, ਠੀਕ ਹੈ। ਕਿਸੇ ਵੀ ਫੀਲਡ 'ਚ ਤੁਹਾਡੀ ਗ੍ਰੈਜੂਏਸ਼ਨ ਹੈਗੀ ਹੈ, ਤਾਂ ਇਸ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ। ਇਸ ਦੇ ਵਿੱਚ ਫੀਸ ਕੀ ਰਹੇਗੀ ਉਸ ਦੀ ਵੀ ਗੱਲ ਕਰ ਲੈਂਦੇ ਹਾਂ। ਉਸ ਤੋਂ ਪਹਿਲਾਂ ਜੇ ਗੱਲ ਕਰ ਲਈਏ, ਤਾਂ ਇਸ ਦੇ ਵਿੱਚ ਕੋਡ ਦੱਸੇ ਗਏ, ਕੈਟਾਗਰੀ ਵਾਈਜ਼ ਤੁਸੀਂ ਇਹ ਵੀ ਚੁਣ ਲੈਣੇ ਆ। ਇਸ ਦੇ ਵਿੱਚ ਜਿਹੜਾ ਟੈਸਟ ਹੋਏਗਾ, ਜੋ ਫਾਸਟ ਪ੍ਰੀਲਿਮੀਨਰੀ ਜਿਹੜਾ ਐਗਜ਼ਾਮੀਨੇਸ਼ਨ ਟੈਸਟ ਹੈਗਾ, ਪ੍ਰੀਲਿਮੀਨਰੀ, ਠੀਕ ਹੈ, ਤਾਂ ਜਿਹੜਾ ਟੈਸਟ ਹੈਗਾ ਉਹ ਹੋਏਗਾ ਇਗਜ਼ਾਮ ਇੰਗਲਿਸ਼ ਲੈਂਗੁਏਜ ਦੇ ਵਿੱਚ 30 ਨੰਬਰ ਦਾ ਪੁੱਛਿਆ ਜਾਏਗਾ, ਕੁਆਂਟੀਟੇਟਿਵ ਐਪਟੀਟਿਊਡ ਜਿਹੜਾ 35 ਨੰਬਰ ਦਾ ਪੁੱਛਿਆ ਜਾਏਗਾ, ਰੀਜਨਿੰਗ ਐਬਿਲਿਟੀ ਇਸ 35 ਨੰਬਰ ਦੀ ਪੁੱਛੀ ਜਾਏਗੀ। ਟੋਟਲ 100 ਮਾਰਕਸ ਦਾ ਹੋਏਗਾ, 1 ਘੰਟਾ ਜਿਹੜਾ ਤੁਹਾਨੂੰ ਇਸ ਦੇ ਵਿੱਚ ਟਾਈਮ ਦਿੱਤਾ ਜਾਏਗਾ। ਉਸ ਤੋਂ ਤੁਹਾਡਾ ਮੇਨ ਐਗਜ਼ਾਮ ਹੋਏਗਾ ਜਦੋਂ ਤੁਸੀਂ ਇਸ ਨੂੰ ਕੁਆਲੀਫਾਈ ਕਰ ਲਿਆ। ਮੇਨ ਐਗਜ਼ਾਮ ਤੁਹਾਡਾ 200 ਅੰਕਾਂ ਦਾ ਹੋਵੇਗਾ, ਠੀਕ ਹੈ। ਦੇਖ ਸਕਦੇ ਤੁਸੀਂ ਇਸਦੇ ਵਿੱਚ ਵੱਖ ਵੱਖ ਕੈਟਾਗਰੀ ਵਾਈਜ਼ ਤੁਹਾਨੂੰ ਸਬਜੈਕਟ ਦਿੱਤੇ ਗਏ ਆ, ਠੀਕ ਹੈ। ਇਹ 3 ਘੰਟਿਆਂ ਦਾ ਜਿਹੜਾ ਤੁਹਾਡਾ ਐਗਜ਼ਾਮ ਹੋਏਗਾ, ਠੀਕ ਹੈ। ਤਾਂ ਇਸ ਦੇ ਵਿੱਚ ਅੱਗੇ ਗੱਲ ਕਰ ਲਈਏ ਜੇਕਰ ਆਪਾਂ ਦੇਖ ਸਕਦੇ ਹੋ ਜਿਹੜਾ ਹਾਊ ਟੂ ਅਪਲਾਈ, ਤਾਂ ਅਪਲਾਈ ਇਹ ਔਨਲਾਈਨ ਹੀ ਹੋਏਗਾ। ਡੇਟ ਤੁਹਾਨੂੰ ਦੱਸ ਚੁੱਕੀ ਹੈ ਵੀ ਕਿਸ ਡੇਟ 'ਤੇ ਅਪਲਾਈ ਗਿਆ, ਇਹ ਇਹਨਾਂ ਦੀ ਵੈਬਸਾਈਟ ਹੈ, ਠੀਕ ਹੈ। ਇਸ 'ਤੇ ਜਾ ਕੇ ਤੁਸੀਂ ਜਿਹੜਾ SBI.co.in 'ਤੇ ਜਾ ਕੇ ਤੁਸੀਂ ਲੌਗਇਨ ਕਰਕੇ ਇਸ ਨੂੰ ਅਪਲਾਈ ਕਰ ਸਕਦੇ ਹੋ ਬੜੀ ਹੀ ਆਸਾਨੀ ਨਾਲ। ਗੱਲ ਕਰ ਲਈਏ ਅੱਗੇ ਇਸ ਦੇ ਵਿੱਚ ਫੀਸ ਦੀ ਕੀ ਹੈ। ਜੇਕਰ ਤੁਸੀਂ ਪੰਜਾਬ ਦੇ ਕੈਂਡੀਡੇਟ ਹੋ, ਤਾਂ ਉਸ ਤੋਂ ਪਹਿਲਾਂ ਪੇ ਦੇਖ ਲਈਏ ਇਸ ਦੇ ਵਿੱਚ। ਪੇ ਸਕੇਲ ਜਿਹੜੀ ਬੇਸਿਕ ਪੇ 27,620 ਹੈ, ਤਾਂ ਜਿਹੜੀ ਵੱਧ ਕੇ ਤੁਹਾਡੀ ਪੇ ਹੋ ਜਾਏਗੀ 42,000 ਅਤੇ ਪਲੱਸ ਹੋ ਜਾਏਗੀ, ਠੀਕ ਹੈ ਜੀ। ਇਸ ਦੇ ਵਿੱਚ ਜਿਹੜੀ ਫੀਸ ਤੁਸੀਂ ਦੇਣੀ ਹੈ, ਦੇਖ ਸਕਦੇ ਹੋ SC ST ਕੈਂਡੀਡੇਟ 125 ਰੁਪਏ ਹੀ ਸਿਰਫ ਦੇਣੇ ਆ। ਜਨਰਲ EWS ਅਤੇ OBC ਨੇ ਇਸ ਵਿੱਚ 750 ਜਿਹੜਾ ਪੇ ਐਪਲੀਕੇਸ਼ਨ ਫੀ ਕਰਨੀ ਹੈ, ਠੀਕ ਹੈ। ਜੇਕਰ ਤੁਸੀਂ ਪੰਜਾਬ ਦੇ ਕੈਂਡੀਡੇਟ ਹੋ, ਤਾਂ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਸੀਂ ਜਿਹੜਾ ਸੈਂਟਰ ਚੂਜ ਕਰ ਸਕਦੇ ਹੋ। ਦੇਖ ਸਕਦੇ ਹੋ ਪੰਜਾਬ ਦੇ ਵਿੱਚ ਵੀ ਜਿਹੜੀ ਵੈਕੈਂਸੀ ਤੁਸੀਂ ਅਪਲਾਈ ਕਰ ਸਕਦੇ ਹੋ, ਤਾਂ ਉਸ ਦੇ ਵਿੱਚ ਸੈਂਟਰ ਹੈਗੇ ਆ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਲੁਧਿਆਣਾ, ਮੋਗਾ, ਪਠਾਨਕੋਟ, ਪਟਿਆਲਾ, ਫਗਵਾੜਾ, ਸੰਗਰੂਰ, ਠੀਕ ਹੈ ਜੀ। ਆਸ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਊ। ਨੈਕਸਟ ਇਨਫੋਰਮੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਥੈਂਕ ਯੂ ਸੋ ਮੱਚ।